ਵੇ ਬਲੌਕ ਪਿੰਡ ਦਾ, ਤੈਨੂੰ ਹੁਣ ਹਾਈ ਵੇ ਬਲੌਕ ਪਿੰਡ ਦਾ, ਕਾਫਲਾ ਤੂੰ ਪਾਉਂਦਾ ਦੇਖੀ ਕਾ ਜੱਟ ਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਕਸਰ ਸਿੱਧੂ ਮੂਸੇਵਾਲਾ ਉਹ ਸਿੰਗਰ ਹੈ ਜੋ ਪਿਛਲੇ ਕੁਝ ਸਮੇਂ ਤੋਂ ਚਰਚਾਵਾਂ ਦਾ ਵਿਸ਼ਾ ਬਣਿਆ ਆ ਰਿਹਾ ਹੈ, ਭਾਵੇਂ ਉਹ ਗੀਤਾਂ ਵਿੱਚ ਆਪਣੇ ਰਿਪਲਾਈ ਕਰਨ ਕਰਕੇ ਹੋਵੇ ਜਾਂ ਕਿਸੇ ਹੋਰ ਕਾਰਨਾਂ ਕਰਕੇ। ਇਸ ਤਰ੍ਹਾਂ ਹੀ ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਲੱਚਰ ਗਾਇਕੀ ਦੇ ਹਥਿਆਰਾਂ ਵਾਲੇ ਗੀਤ ਗਾਉਣ ਦੇ ਇਲਜ਼ਾਮ ਲੱਗੇ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮਾਤਾ ਨੇ ਇਸ ਚਿੱਠੀ ਰਾਹੀਂ ਮਾਫ਼ੀ ਮੰਗੀ। ਆਓ ਦੇਖਦੇ ਹਾਂ ਕੀ ਹੈ ਆਖਿਰਕਾਰ ਉਸ ਚਿੱਠੀ ਵਿੱਚ। ਪੂਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਮੇਰੇ ਬੇਟੇ ਸਿੱਧੂ ਮੂਸੇਵਾਲੇ ਵਿਰੁੱਧ ਜੋ ਗੈਰ ਕਾਨੂੰਨੀ ਭੜਕਾਊ ਗਾਣੇ ਗਾਉਣ ਬਾਰੇ ਸ਼ਿਕਾਇਤ ਸ਼੍ਰੀ ਪੰਡਿਤ ਰਾਓ ਧਰੇਨਵਰ ਜੀ ਵੱਲੋਂ ਕੀਤੀ ਗਈ ਹੈ, ਉਸ ਸੰਬੰਧੀ ਜੋ ਸ਼ਿਕਾਇਤ ਵਿੱਚ ਦਰਜ ਗਾਣੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਆਦਿ ਰਿਕਾਰਡ ਕਰਵਾਏ ਨੇ। ਇਹ ਗੀਤ ਮੇਰੇ ਪਿੰਡ ਦੀ ਸਰਪੰਚ ਬਣਨ ਤੋਂ ਤਕਰੀਬਨ 1.5-2 ਸਾਲ ਪਹਿਲਾਂ ਗਾਇਆ ਗਿਆ ਹੈ। ਸਰਪੰਚ ਬਣਨ ਤੋਂ ਬਾਅਦ ਮੈਂ ਮੇਰੇ ਪੁੱਤਰ ਨੂੰ ਅਜਿਹੇ ਗਾਣੇ ਜੋ ਭੜਕਾਉਣ ਵਾਲੇ ਹੋਣ ਰੋਕਣ ਦੀ ਨਸੀਹਤ ਦੇ ਰਹੀ ਹਾਂ, ਅਤੇ ਉਸਨੇ ਅਜਿਹਾ ਗਾਣਾ ਗਾਇਆ ਵੀ ਨਹੀਂ ਤੇ ਭਵਿੱਖ ਵਿੱਚ ਗਾਵੇਗਾ ਵੀ ਨਹੀਂ। ਇਸ ਦੇ ਨਾਲ ਬਾਬੇ ਨਾਨਕ ਦੀ ਬਾਣੀ ਦੇ ਗਾਣੇ ਵੀ ਗਾਵੇਗਾ ਵੱਲੋਂ ਚਰਨ ਕੌਰ ਸਰਪੰਚ ਪਿੰਡ ਮੂਸਾ। ਇਸ ਵੀਡੀਓ ਵਿੱਚ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਗਾਣੇ ਕਿਵੇਂ ਲੱਗਦੇ ਹਨ, ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ, ਨਹੀਂ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਡਿਸਲਾਈਕ ਕਰਨਾ ਨਾ ਭੁੱਲਣਾ। ਇਸ ਦੇ ਨਾਲ ਹੀ ਹਰ ਤਰ੍ਹਾਂ ਦੀਆਂ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੀ ਮੋਬਾਈਲ ਸਕਰੀਨ 'ਤੇ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।